ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਸ਼੍ਰੀ ਗੁਰੂਸਰ ਪੱਕਾ ਵਿਖੇ ਜੀ ਇਹ ਉਹੀ ਸਥਾਨ ਹੈ ਜੀ ਜਿੱਥੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਣੇ ਬਸਤਰ ਇਸ਼ਨਾਨ ਕੀਤਾ ਸੀ ਜੀ ਆਓ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਜੋੜਾ ਘਰ ਪਹਿਲਾਂ ਆਪਾਂ ਜੋੜਾ ਉਤਾਰ ਲੈਂਦੇ ਹਾਂ ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ ਜੋੜਾ ਆਪਾਂ ਉਤਾਰ ਲਿਆ ਜੀ ਆਓ ਚੱਲੀਏ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਜਿੱਥੇ 9ਵੇਂ ਪਾਤਸ਼ਾਹ ਨੇ ਸਣੇ ਬਸਤਰ ਇਸ਼ਨਾਨ ਕੀਤਾ ਸੀ ਜੀ ਆਓ ਆਪਾਂ ਚੱਲਦੇ ਹਾਂ ਅੰਦਰ ਨੂੰ ਜੀ ਇਹ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਦੇ ਉੱਤੇ ਆਏ ਜੀ ਕਿਹਾ ਜਾਂਦਾ ਵੀ ਪਾਤਸ਼ਾਹ ਤਕਰੀਬਨ 9 ਦਿਨ ਇਸ ਸਥਾਨ ਦੇ ਉੱਤੇ ਰਹੇ ਸੀ ਜੀ ਇਹ ਆ ਜੀ ਉਹ ਪਵਿੱਤਰ ਸਰੋਵਰ ਸਾਹਿਬ ਜੀ ਉਸ ਵੇਲੇ ਨਾ ਇੱਕ ਛੱਪੜ ਹੁੰਦਾ ਸੀ ਜਦੋਂ 9ਵੇਂ ਪਾਤਸ਼ਾਹ ਇਸ ਸਥਾਨ ਦੇ ਉੱਤੇ ਆਏ ਨੇ ਇੱਕ ਕੋੜੀ ਦਾ ਕੋੜ ਦੂਰ ਕੀਤਾ ਪਾਤਸ਼ਾਹ ਨੇ ਅਤੇ ਕਿਹਾ ਜਾਂਦਾ ਵੀ ਇਹ ਇਕੱਲਾ ਸਰੋਵਰ ਆ ਜਿਸ ਦੇ ਵਿੱਚ 9ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀ ਇਸ਼ਨਾਨ ਕੀਤਾ ਸੀਗਾ ਜੀ ਸਰੋਵਰ ਦੇ ਵਿੱਚ ਜੀ ਕੋੜੀ ਦਾ ਕੋੜ ਦੂਰ ਕੀਤਾ ਜੀ ਅੱਜ ਵੀ ਜੇਕਰ ਕੋਈ ਸ਼ਰਧਾ ਨਾਲ ਸੱਚੇ ਮਨ ਨਾਲ ਇਸ ਸਥਾਨ ਦੇ ਉੱਤੇ ਆਉਂਦਾ ਆ ਜੀ ਇਸ਼ਨਾਨ ਕਰਦਾ ਆ ਅਰਦਾਸ ਬੇਨਤੀ ਕਰਦਾ ਆ ਤਾਂ ਉਹਦਾ ਕੋੜ ਦਾ ਰੋਗ ਚਮੜੀ ਦੇ ਰੋਗ ਹਰ ਤਰ੍ਹਾਂ ਦੇ ਇਸ ਸਥਾਨ ਦੇ ਉੱਤੇ ਦੂਰ ਹੁੰਦੇ ਨੇ ਜੀ ਸਾਨੂੰ ਆਪਣੇ ਪਰਿਵਾਰ ਨਾਲ ਬੱਚਿਆਂ ਸਮੇਤ ਜੀ ਇਸ ਸਥਾਨ ਦੇ ਉੱਤੇ ਆਉਣਾ ਚਾਹੀਦਾ ਜੀ ਦਰਸ਼ਨ ਕਰਨੇ ਚਾਹੀਦੇ ਨੇ ਜੀ ਭਾਈ ਸੰਤੋਖ ਸਿੰਘ ਜੀ ਵੀ ਆਪ ਇਸ ਸਥਾਨ ਉੱਤੇ ਆਏ ਨੇ ਜੀ ਉਹਨਾਂ ਨੇ ਦਰਸ਼ਨ ਕੀਤੇ ਨੇ ਅਤੇ ਇਸ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ ਜੀ ਇਹ ਇੱਕੋ ਇੱਕ ਸਥਾਨ ਹੈ ਜੀ ਜਿਸ ਦੇ ਸਰੋਵਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਣੇ ਬਸਤਰ ਆਪ ਇਸ਼ਨਾਨ ਕੀਤਾ ਅਤੇ ਅਨੇਕਾਂ ਵਰ ਦਿੱਤੇ ਇਹ ਆ ਜੀ ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਦਾ ਜੀ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ 9ਵੀਂ ਹੰਡਿਆਇਆ ਜ਼ਿਲ੍ਹਾ ਬਰਨਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ 'ਤੇ ਸਭਾਇਮਾਨ ਹੋਣ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਸਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਚਾਲੇ ਪਾਏ ਇੱਥੇ ਨਾ ਨੇੜੇ ਖਟੀਕ ਮੁਸਲਮਾਨ ਖੱਲਾ ਰੰਗ ਦੇ ਸੀ ਉਹਨਾਂ ਦਾ ਪਾਣੀ ਸੀ ਜਿਹੜਾ ਉਹ ਵੀ ਉਸ ਕਹਿੰਦੇ ਛੱਪੜ ਦੇ ਵਿੱਚ ਪੈਂਦਾ ਸੀ ਆ ਤੁਸੀਂ ਪੜ੍ਹ ਵੀ ਸਕਦੇ ਹੋ ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ ਜੀ ਆ ਜਾਓ ਆਪਾਂ ਚੱਲਦੇ ਹਾਂ ਅੰਦਰ ਨੂੰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ ਹੁਣ ਆਪਾਂ ਦਰਸ਼ਨ ਕਰ ਲਏ ਜੀ ਆਓ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰ ਵੱਲ ਨੂੰ ਜੀ ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦ ਦਾ ਪਾਣੀ ਛਕ ਸਕਦੇ ਹਾਂ ਜੀ ਆਓ ਚੱਲੀਏ ਜੀ ਇਹ ਜੀ ਪਾਠੀ ਸਿੰਘਾਂ ਦੀ ਰਿਹਾਇਸ਼ ਬਣੀ ਹੋਈ ਹੈ ਜੀ
गुरुद्वारा साहिब दे विच होम्योपैथिक डिस्पेंसरी भी बनी हुई है जी, जिस दा समा हर रोज़ सवेरे 8 तो 10 बजे तक दा हुंदा है जी, अते एतवार नूं इह डिस्पेंसरी बंद हुंदी है जी। जेकर कोई भी लोड़वंद इस स्थान तो दवाई लैना चाहता है तो उसनों मुफ्त दवाई दिती जाती है जी। ये ने जी इत्थे डॉक्टर साहब, हफ्ते की दवाई सिर्फ 40 रुपए दे विच मिल जाती है जी। जेकर कोई बिल्कुल लोड़वंद आ जानी पूर व्यक्ति है, बिल्कुल भी फीस दे नहीं सकता, मेडिसिन के पैसे भर नहीं सकता, तो उन्होंने गुरद्वारा साहब कमेटी वालों जी, संस्था वालों जी, ये डॉक्टर साहब वालों जी दवाई मुफ्त दिती जाती है जी। आप सब ने मिल के इस स्थान के दर्शन कर ले जी। आओ हूँ आप सब चलते हैं उस स्थान वाल, जिस स्थान पर 9वें पातशाह एक माता वालों कच्चा दुध पिलाया गया सी, उस गुरद्वारा साहिब का नाम है जी कच्चा गुरुसर साहिब। आओ आप उस स्थान वाल चलते हैं जी। वाहिगुरु जी का खालसा, वाहिगुरु जी की फतेह जी। हुण आपां आए हां गुरुद्वारा श्री कच्चा गुरुसर साहिब विखे जी। इस स्थान उत्ते एक माता वालों 9वें पातशाह धन धन श्री गुरु तेग बहादुर साहिब जी महाराज नूं कच्चा दुध पिलाया गया सी, जिस करके इस जगह का नाम कच्चा गुरुसर साहिब पै गया जी। ये सोहना उच्चा निशान साहिब झूलदा होया जी, जिस जगह के उत्ते साढ़े 9वें पातशाह धन धन साहब श्री गुरु तेग बहादुर साहब जी किसे समय आके बैठे सी, पातशाह ने दुध पीता सी जी। ये आ जी अज का हुक्मनामा साहिब जी, ये भी तुसी पढ़ सकते हो जी। इस तों बाद आपां उस स्थान के दर्शन भी करांगे जी, जिसका नाम आ गुरद्वारा अड़ीसर साहिब जी। ये है जी गुरुद्वारा साहिब का इतिहास, जिसनों असी पढ़ सकते हैं जी। गुरुद्वारा अड़ीसर साहिब वही स्थान है जिथे लखां लोकां दियां हर मनोकामनावां पूरियां हुंदियां ने जी। देशां विदेशां दे रुके हुए काम भी संपूर्ण होंदे हन जी। ये है जी गुरुद्वारा साहिब विच लंगर हाल, जिथे आपां अपनी लोड़ अनुसार प्रशादा पानी छक सकते हैं जी। आओ हुण आपां चलदे हां उस जंड साहिब दे दर्शनां लई जी, जिस नाल 9वें पातशाह श्री गुरु तेग बहादुर साहिब जी ने अपना घोड़ा बन्निया सी जी। आओ दर्शन करदे हां जी। तुसी ना साडे चैनल दे उत्ते जा के 9वें 10वें पातशाह धन धन साहिब श्री गुरु गोबिंद सिंह जी महाराज जी ताड़ी मार के चमकौर साहिब तो चले सीगे जी, पातशाह हजूर साहिब तक गए सी जी। असी भी उस तरह चल रहे हैं, उस तरह ही वीडियो बना रहे हैं जी, ब्लॉग बना रहे हैं। तुसी साडे चैनल दे उत्ते जा के जी वो वीडियो भी जरूर देखियो जी। ये आ जी वो पवित्र जंड दा दरख्त जी, जिस दे नाल साडे 9वें पातशाह धन धन साहिब श्री गुरु तेग बहादुर साहिब जी ने जी अपना घोड़ा बन्निया सीगा जी। अपने परिवार समेत बच्चियां समेत जरूर इस स्थान दे उत्ते आओ जी, दर्शन करो जी। ये बनाया होया जी गुरद्वारा साहिब वालों जी बाग, कई तरह के फलों वाले बूटे इस स्थान के उत्ते लाए गए ने जी। रुख लाने बहुत जरूरी ने जी साढ़े पंजाब दे विच, तां जिस तरह पानी की कमी हो रही आ, पानी घट रहा है जी, ये लाया होया बाग जी सोहना। आओ हुण आपां सारे मिल के दर्शन करदे हां जी। धन धन साहिब श्री गुरु ग्रंथ साहिब जी महाराज दे जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਇਸ ਸਥਾਨ 'ਤੇ ਜੀ ਗੁਰੂ ਸਰ ਕੱਚਾ ਵਿਖੇ ਜੀ ਤਕਰੀਬਨ 5 ਸਾਲ ਤੋਂ ਸੇਵਾ ਕਰਦੇ ਨੇ ਜੀ। ਆਪਾਂ ਬਾਬਾ ਜੀ ਤੋਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਇਤਿਹਾਸ ਹੈ ਇਸ ਸਥਾਨ ਦਾ ਜੀ? ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਸਰ ਕੱਚਾ ਪਾਤਸ਼ਾਹ 9ਵੇਂ ਹੰਡਿਆਇਆ ਨਗਰ ਦੇ ਵਿੱਚ ਹੈ। ਇੱਥੇ 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਨੂੰ ਉਤਾਰਦੇ, ਅਨੇਕਾਂ ਨਗਰਾਂ ਦੇ ਵਿੱਚ ਸੰਗਤਾਂ ਨੂੰ ਉਤਾਰਦੇ, ਮਹਾਰਾਜ ਨਗਰ ਹੰਡਿਆਇਆ ਦੇ ਵਿੱਚ ਪਹੁੰਚੇ, ਸਭ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਗੁਰਦੁਆਰਾ ਗੁਰੂ ਸਰ ਪੱਕਾ ਜੋ ਨਗਰ ਦੇ ਵਿੱਚ ਸਥਿਤ ਹੈ ਉੱਥੇ ਸਤਿਗੁਰੂ ਮਹਾਰਾਜ ਆ ਕੇ ਵਿਰਾਜੇ। ਇਸ ਨਗਰ ਦੇ ਵਿੱਚ ਤਪਾਲੀ ਦਾ ਰੋਗ ਸੀਗਾ, ਬੜਾ ਭਿਆਨਕ ਰੋਗ ਸੀਗਾ। ਸੰਗਤਾਂ ਨੂੰ ਪਤਾ ਲੱਗਿਆ ਮਹਾਰਾਜ ਸਾਡੇ ਪਾਵਨ ਸਥਾਨ 'ਤੇ ਆਏ ਨੇ, ਅਤੇ ਆ ਕੇ ਮਹਾਰਾਜ ਨੂੰ ਬੇਨਤੀ ਕੀ ਸੱਚੇ ਪਾਤਸ਼ਾਹ ਇਸ ਨਗਰ ਦੇ ਵਿੱਚ ਤਪਾਲੀ ਦਾ ਰੋਗ ਹੈ, ਬੜਾ ਭਿਆਨਕ ਰੋਗ ਹੈ, ਆ ਕੋਹੜੀ ਨੂੰ ਨਾਲ ਲੈ ਕੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ ਭਾਈ ਆ ਛੱਪੜੀ ਹੈ, ਇਹਦੇ ਵਿੱਚ ਇਸ਼ਨਾਨ ਕਰਾਓ। ਉਹ ਜਿਹੜਾ ਛੱਪੜੀ ਦਾ ਪਾਣੀ ਬੜਾ ਖਰਾਬ ਸੀ, ਰੋਗੀ ਝਿਜਕਿਆ, ਕਹਿੰਦੇ ਮਹਾਰਾਜ ਪਾਣੀ ਬਹੁਤ ਖਰਾਬ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਸਣੇ ਵਸਤਰ ਉੱਥੇ ਇਸ਼ਨਾਨ ਕੀਤਾ, ਫਿਰ ਰੋਗੀ ਦਾ ਇਸ਼ਨਾਨ ਕਰਾਇਆ, ਫਿਰ ਸਾਰੀਆਂ ਸੰਗਤਾਂ ਨੇ ਉੱਥੇ ਇਸ਼ਨਾਨ ਕੀਤਾ, ਉੱਥੋਂ ਮਹਾਰਾਜ ਚਾਲੇ ਪਾ ਕੇ ਇਸ ਨਗਰ ਦੇ ਵਿੱਚ ਪਹੁੰਚੇ, ਇਸ ਸਥਾਨ 'ਤੇ ਪਹੁੰਚੇ ਮਹਾਰਾਜ ਗੁਰਦੁਆਰਾ ਗੁਰੂ ਸਰ ਕੱਚਾ। ਇੱਥੋਂ ਮਹਾਰੀ ਲੰਘ ਰਹੇ ਸਨ, ਇਸ ਨਗਰ ਦੀ ਇੱਕ ਮਾਤਾ ਜਿਉਣੀ ਜਿਹਦੇ ਮਨ ਦੀ ਭਾਵਨਾ ਸੀ ਵੀ ਸਤਿਗੁਰ ਸਾਡੇ ਪਿੰਡ 'ਚੋਂ ਜਾ ਰਹੇ ਨੇ, ਤਾਂ ਸਤਿਗੁਰੂ ਇਸ ਸਥਾਨ 'ਤੇ ਆ ਕੇ ਉਹਨੇ ਦੁੱਧ ਛਕਾਇਆ, ਕਾੜਨੀ ਵਿੱਚ ਦੁੱਧ ਲੈ ਕੇ ਆਈ, ਅਤੇ ਮਹਾਰਾਜ ਇਸ ਸਥਾਨ 'ਤੇ ਬੈਠ ਕੇ ਸਿੰਘਾਂ ਸਮੇਤ ਇੱਥੇ ਦੁੱਧ ਛਕਿਆ, ਕੱਚਾ ਦੁੱਧ, ਅਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਸਮਾਂ ਠਹਿਰ ਕੇ ਮਾਤਾ ਜਿਉਣੀ ਜੀ ਪਾਸੋਂ ਦੁੱਧ ਛਕਿਆ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਗਏ, ਫਿਰ ਗੁਰਦੁਆਰਾ ਸੋਹੀਆਣ ਸਾਹਿਬ ਵਿਖੇ ਗਏ। ਇਸ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਛੋਹ ਪ੍ਰਾਪਤ 4 ਸਥਾਨ ਨੇ, ਗੁਰਦੁਆਰਾ ਗੁਰੂ ਸਰ ਪੱਕਾ, ਗੁਰਦੁਆਰਾ ਗੁਰੂ ਸਰ ਕੱਚਾ, ਗੁਰਦੁਆਰਾ ਅੜੀਸਰ ਸਾਹਿਬ ਅਤੇ ਗੁਰਦੁਆਰਾ ਸੋਹੀਆਣ ਸਾਹਿਬ। ਇਹ ਨਗਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਨਾਲ ਵਰੋਸਾਇਆ ਹੋਇਆ ਹੈ। ਇਹ ਭਾਈ ਸੰਖੇਪ ਇਤਿਹਾਸ ਹੈ ਇਸ ਪਾਵਨ ਸਥਾਨ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਪਵਿੱਤਰ ਸਰੋਵਰ ਸਾਹਿਬ ਜੀ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਵਿਖੇ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦੱਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।